ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਕੀ ਹਾਲ ਨੇ ਸਾਰੇ ਭਰਾਵਾਂ ਦੇ? ਉਮੀਦ ਕਰਦਾ ਸਾਰੇ ਠੀਕ ਹੋਣਗੇ। ਅੱਜ ਬਾਈ ਨਾਲੇ ਵੀਡੀਓ ਬਣ ਰਹੀਆਂ ਨੇ ਸਾਰੀਆਂ, ਬਾਈ ਕੋਲ ਆਏ ਹੋਏ ਸੀ ਸਾਰੇ ਟਰੈਕਟਰ, ਮਤਲਬ ਕਿ ਬਾਈ ਕੋਲ ਹੀ ਮਿਲ ਗਏ ਇੱਕ ਤਰ੍ਹਾਂ ਦੇ। ਇਹ ਕਹਿ ਦੇਣ ਆਪਾਂ, ਬਾਈ ਨੇ ਦੱਸਿਆ ਨਹੀਂ, ਪਹਿਲਾਂ ਆਪਣੇ ਨਾਲ ਗੱਲ ਹੋਈ ਇੱਕ ਦੂਜੇ ਹੋਰ ਵੀ ਐਂਡੋ ਫਾਰਮ। ਯਾਰ ਬਾਈ, ਇਹ ਟਰੈਕਟਰ ਨੂੰ ਵੀ ਬਹੁਤ ਲੋਕ ਨਿੰਦੇ ਹੈਗੇ, 30-55 DI ਲੋਕਾਂ ਨੇ ਨਿੰਦਿਆ ਵੀ ਇਹ ਐਵੇਂ ਆ, ਇੱਦਾਂ ਨਹੀਂ, ਵਧੀਆ ਨਹੀਂ ਹੈਗਾ ਟਰੈਕਟਰ। ਬਾਕੀ ਬਾਈ ਕੋਲ ਟਰੈਕਟਰ ਆ, ਬਾਈ ਨੇ ਰੇਤੇ ਮਿੱਟੀ ਮੁੱਟੀ 'ਤੇ ਚਲਾਇਆ ਗਾ, ਹੈ ਨਾ। ਉਹ ਦੱਸ ਦਿਆਂ ਵੀ ਪੁੱਛਦਾ ਬਾਈ ਤੂੰ ਵੀ ਕਿਵੇਂ ਟਰੈਕਟਰ ਆ, ਗੇਅਰ ਬੋਕਸ ਸਾਰਾ ਏ-ਟੂ-ਜ਼ੈਡ ਵੀ ਕੀ ਖਾਮੀਆਂ ਨੇ, ਕੀ ਗੁਣ? ਹਾਂਜੀ ਵੀਰੇ, ਹਾਂਜੀ ਵੀਰੇ। ਯਾਰ ਨਹੀਂ ਯਾਰ, ਠੀਕ ਆ ਵੀਰੇ। ਗੇਅਰ ਤਾਂ ਤੁਹਾਨੂੰ ਪਤਾ ਸਵਰਾਜ ਵਾਲਾ ਹੀ ਹੁੰਦਾ ਇਹਨਾਂ। ਹਾਂਜੀ, ਕਹਿੰਦਾ ਪ੍ਰੀਤ ਹੈਗਾ, ਪ੍ਰੀਤ ਨੂੰ ਵੀ ਸਵਰਾਜ ਆਉਂਦਾ, ਹਾਂਜੀ ਇਹਨੂੰ ਵੀ ਸਵਰਾਜ ਆ, ਲੈਫਟ ਵੀ ਸਵਰਾਜ ਵਾਲੀ ਆ, ਹਾਂਜੀ ਠੀਕ ਆ। ਇੰਜਣੇ 'ਚ ਜਿਹੜਾ ਹੈਗਾ ਵੀਰੇ, ਦੂਜਾ 55 HP ਦਾ, ਠੀਕ ਹੈ, ਜਾਣੀ ਹੈਗਾ ਤਾਂ 60 ਪਾਵਰ ਦਾ ਹੀ ਹੈ। ਹਾਂਜੀ, ਕੰਪਨੀ 55 ਕਹਿੰਦੀ ਹੈ, ਕੰਪਨੀ 55 ਹੈਗਾ, ਕੰਪਨੀ 55 ਕਹਿੰਦੀ ਹੈ, 55 ਦਾ ਸਾਡਾ ਰਹੇਗਾ। ਸਾਨੂੰ ਇਹ ਬਈ ਦਾ ਖਰਚਾ ਕਿੰਨਾ ਗਾ? ਖਰਚਾ ਵੀ ਵੀਰੇ ਜਾਇਜ਼ ਆ ਯਾਰ, ਇਹਦਾ ਹਾਂ ਇਹਦਾ ਜਾਇਜ਼ ਆ। ਲੋਕੀ ਜਾਣੀ ਮੰਨ ਕੇ ਚੱਲ ਵੀਰੇ, ਇਹ ਜਾਣੀ ਬਾਹੀ ਦੇ ਜਿਵੇਂ ਕੱਦੂ ਕੱਦੂ ਕਰਦੇ ਆ, ਇਹਦਾ ਜਿਵੇਂ ਦੋਹਰ ਲਾਉਂਦੇ ਆ ਕੱਦੂ ਦੋ ਆਪਾਂ ਡਾਕਰ ਦੇ ਵਿੱਚ, ਤਾਂ 2 ਕਿਲੋ 2.5 ਕਿਲੋ ਲੀਟਰ ਨਾਲ ਦੋਹਰ ਕਰੀ ਜਾਂਦਾ ਤੀਲ ਦਾ, 2.5 ਲੀਟਰ ਹੀ ਖਾਂਦਾ ਯਾਰ, ਜਾਇਜ਼ਾ ਤੇਲ ਵੀ ਯਾਰ। ਪਹਿਲਾਂ ਮੈਨੂੰ ਵੀ ਲੱਗਦਾ ਸੀ, ਹੁਣ ਗੱਲ ਕਰੀ ਯਾਰ ਜਿੰਦਗੀ ਕਿੰਨਾ ਖਾਂਦਾ ਬਸ ਵੀਰੇ, ਇਹ ਥੋੜਾ ਜਿਹਾ ਵੱਧ ਖਾ ਜਾਂਦਾ ਕਈ ਵਾਰੀ, ਇਹ ਘੱਟ ਖਾਂਦਾ, ਇਹ ਘੱਟ ਖਾਂਦਾ ਯਾਰ। ਅਸੀਂ ਤਾਂ ਆਪ ਹਰਾਨਾ ਯਾਰ ਇਸ ਗੱਲ ਤੋਂ, ਜ਼ੋਰ ਵੀਰੇ 15 ਹਲਾ ਤੇ ਇਹ ਵੀ ਚੱਲਦਾ ਯਾਰ, ਕੱਦੂ ਚ 15 ਹਲ ਹੀ ਪਾਉਂਦੇ ਆ ਅਸੀਂ ਇਹਦੇ ਮਗਰ। ਵੀ ਕਹਿਣ ਦਾ ਭਾਵ ਬਈ ਆਪਣੇ ਲੋਕਾਂ ਦੇ ਥੋੜਾ ਜਿਹਾ ਮਨ ਚ ਵੀ ਵੀਰੇ ਵਹਿਮ ਨੇ, ਵਹਿਮ ਨੇ, ਚੀਜ਼ ਕੋਈ ਵੀ ਨਹੀਂ ਮਾੜੀ ਹੁੰਦੀ ਵੀਰੇ, ਚਲਾ ਕੇ ਜਿਹੜਾ ਬੰਦਾ ਚਲਾਉਂਦਾ, ਚਲਾ ਕੇ ਵਰਤਦਾ ਉਹਨੂੰ ਪਤਾ ਹੁੰਦਾ। ਜਿਵੇਂ ਹੁਣ ਮੈਂ ਆ, ਮੈਂ ਵੀਰੇ ਹੁਣ ਸਾਰੇ ਵਰਤ ਲਏ, ਮੈਂ ਜੌਂਡੀਅਰ ਵੀ ਵਰਤ ਲਿਆ, ਆਪਣੇ ਕੋਲ ਜੌਂਡੀਅਰ ਵੀ ਆ ਨਾ, ਅਰਜਨ ਵੀ ਆ, ਪ੍ਰੀਤ ਵੀ ਆ, ਇੰਡੋ ਫਾਰਮ ਵੀ ਆ, ਸਾਰੇ ਟਰੈਕਟਰ ਨੇਗੇ ਆਪਣੇ ਕੋਲ, ਤੇ ਆਪਾਂ ਹੁਣ ਸਾਰੇ ਚਲਾਉਂਦੇ ਆ ਵੀਰੇ। ਸਾਰਿਆਂ ਤੇ ਸਵੇਰੇ ਉਨਾ ਹੀ ਤੇਲ ਪੈਂਦਾ ਜਦੋਂ ਘਰੋਂ, ਮੈਂ ਜੌਂਡੀਅਰ ਰਿਵਿਊ ਕਦੇ ਨਹੀਂ ਕਰਿਆ ਸੀ ਬਾਈ, ਲੋਕਾਂ ਨੇ ਕਮੈਂਟ ਪਾਉਂਦੇ ਕਹਿੰਦੇ ਤੂੰ ਜੌਂਡੀਅਰ ਹੋ ਲੈਣੀ ਦੀ ਵੀਡੀਓ ਬਣਾਈ ਜਾਂਦਾ। ਮੈਂ ਕਿਹਾ ਫਿਰ ਅੱਜ ਅਰਜਨ ਦੀ ਮੋਡੀਫਿਕੇਸ਼ਨ ਤੇ ਲੈ ਕੇ ਆਉਂਦਾ, ਅੱਜ ਅਰਜਨ ਦਾ ਹੀ ਬਣਾ ਲਾ, ਤੇ ਆਪਣੇ ਕੋਲ ਜੌਂਡੀਅਰ ਵੀ ਉਧਰ ਸੈੱਡ 'ਚ ਲੱਗਿਆ ਹੋਇਆ, ਤੁਹਾਨੂੰ ਦਿਖਾ ਦਿੰਦਾ, ਉਹ ਦਿਖਾਤਾ ਹਾਂ ਆਪਾਂ, ਜਿਹੜਾ ਪ੍ਰੀਤ ਦੇ ਨਾਲ ਖੜਾ ਸੀ, ਪ੍ਰੀਤ ਦੇ ਨਾਲ ਖੜਾ ਜੌਂਡੀਅਰ, ਉਹ ਵੀ ਹੈਗਾ ਜਾਣੀ, ਉਹ ਆਪਣਾ ਰੋਟੋਵੇਟਰ ਤੇ ਉਹ ਵੀ ਚੱਲਦਾ ਵੀਰੇ, ਕੰਮ ਆਪਣੇ ਸਾਰੇ ਟਰੈਕਟਰ ਜਾਣੀ ਪੂਰਾ ਕੰਮ ਦਿੰਦੇ ਨੇ ਇਹਨੂੰ, ਠੀਕ ਹੈ। ਯਾਰ ਮਾੜਾ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਵੀਰੇ, ਸਾਰੇ ਵਧੀਆ ਨੇ, ਮਾਣੀ ਚਲਾ ਕੇ ਦੇਖੋ, ਸਾਰੇ ਟਰੈਕਟਰ ਵਰਤ ਕੇ ਦੇਖੋ, ਫਿਰ ਪਤਾ ਲੱਗੋ। ਸਹੀ ਗੱਲ ਹੈ, ਜੇ ਆਪਾਂ ਹੁਣ ਇੱਕ ਤੇ ਬੈਠੇ ਆ, ਇੱਕ ਤੇ ਆਪਾਂ ਨੂੰ ਕੀ ਪਤਾ ਉਹ ਕੀ ਕਰਦਾ ਕੀ ਨਹੀਂ ਕਰਦਾ। ਮੈਂ ਦੇਖਿਆ ਬਾਈ, ਚਲੋ ਜਿਹਦੇ ਕੋਲ ਇੱਕ ਬੰਦਾ ਸੀਗਾ, ਉਹਦੇ ਕੋਲ ਜੌਂਡੀਅਰ ਕਦੇ ਰੱਖਿਆ ਵੀ ਨਹੀਂ, ਉਹਨੇ ਐਵੇਂ ਨਹੀਂ ਦੱਸ ਦੇ ਲੋ ਕਿਹੜਾ ਟਰੈਕਟਰ ਰੱਖਿਆ ਹੈਗਾ, ਤੇ ਲੋਕੀ ਕਹਿੰਦੇ ਐਂ ਕਹਿੰਦਾ ਹੈਗਾ ਨਾ, ਜੌਂਡੀਅਰ ਕਹਿੰਦਾ ਬਾਈ ਤੇਲ ਦਾ ਖਰਚਾ ਬਹੁਤ। ਮੈਂ ਕਿਹਾ ਬਾਈ ਕੌਣ ਕਹਿੰਦਾ ਹੈਗਾ? ਅੱਛਾ, ਕਹਿੰਦਾ ਵੀ ਮੈਂ ਕਹਿੰਦਾ। ਮੈਂ ਕਿਹਾ ਬਾਈ ਤੇਰੇ ਕੋਲ ਕਿੰਨਾ ਟਾਈਮ ਰੱਖਿਆ ਜੌਂਡੀਅਰ? ਕਹਿੰਦਾ ਮੈਂ ਤਾਂ ਸੁਣਿਆ ਹੀ ਨਹੀਂ। ਫਿਰ ਮੈਂ ਕਿਹਾ ਬਾਈ ਤੁਸੀਂ ਸੁਣੀ ਹੋਈ ਗੱਲ, ਚਾਰ ਜਣਿਆਂ ਨੇ ਕਹਿਤੀ ਬਾਈ ਜਿੰਨੇ ਜੌਂਡੀਅਰ ਵਾਲੇ ਮੈਨੂੰ ਮਿਲੇ ਨੇ, ਚਲੋ ਤੇਲ ਦਾ ਖਰਚਾ ਥੋੜਾ ਜਿਹਾ ਵੱਧਦਾ ਹੈਗਾ, ਜ਼ਿਆਦਾ ਹੈ ਥੋੜਾ ਜਿਹਾ ਫਰਕ ਆ, ਰੋਡ ਤੇ ਫਰਕ ਆ ਹਨਾ, ਹਾਂ ਰੋਡ ਤੇ ਫਰਕ ਆ ਵੀਰੇ। ਐਂ ਯਾਰ, ਇਹ ਜੌਂਡੀਅਰ ਆਪਦੇ ਜਿਹੜੇ ਬੰਦੇ ਜੌਂਡੀਅਰ ਚਲਾ ਰਹੇ ਨੇ ਉਹ ਵੀ ਇਹ ਗੱਲ ਆਪਦੇ ਮੂੰਹ ਹੋਣੀ। ਹਾਂ, ਇਹ ਵੀ ਇੰਪਲੀਮੈਂਟਾਂ ਦੇ ਹਿਸਾਬ ਨਾਲ ਆਪਾਂ ਹੁਣ 7.54-55 ਮੈਂ ਪਾ ਲਾਂਗੇ, ਉਹ ਤਾਂ ਫਿਰ ਖਰਚਾ ਵਧਾ ਹੋਊਗਾ ਵੀਰੇ, ਬਸ ਉਹੀ ਕੰਮ ਜ਼ਿਆਦਾ ਆਪਣੇ ਆਪ ਦੇ ਥੋੜ੍ਹਾ। ਜਿਹੋ ਜਿਹਾ ਵੀਰੇ ਹੈ ਨਾ, ਜਿਹੋ ਜਿਹਾ ਟਰੈਕਟਰ ਉਹੋ ਜਿਹਾ ਸੰਦ ਵੀ ਹੋਊ। ਹਾਂਜੀ, ਹੁਣ ਤੁਹਾਨੂੰ 655 ਹੈਗਾ, ਜੇ ਆਪਾਂ ਉਹਦੇ ਮਗਰ 7 ਫੁੱਟਾਂ ਪਾਵਾਂਗੇ ਵੀਰੇ, ਉਹ ਵਧੂਗਾ ਹੀ। ਤੇ ਤੁਸੀਂ ਹੁਣ ਡੀਜ਼ਲ ਸੇਵਰ ਤੇ ਵੀ ਲਾ ਲਓ, ਕੁਛ ਵੀ ਕਰ ਲਈਏ, ਖਰਚਾ ਤਾਂ ਵਧੂਗਾ, ਉਹ ਗੇੜੇ ਵੱਧ ਜਾਣੇ ਨੇ ਵੀਰੇ ਕੀਲੇ ਦੇ ਵਿੱਚ। ਹਾਂਜੀ, ਜਿਵੇਂ ਹੁਣ ਲੰਬਾ ਘੇਰਾ ਵਾ, ਜੇ ਆਪਾਂ ਵੱਡਾ ਸੰਦ ਹੈਗਾ, ਗੇੜੇ ਵੀ ਘੱਟ ਜਾਣੇ ਨੇ। ਠੀਕ ਹੈ, ਇਹਦੀ ਭਾਈ ਕਮੀ ਕੀ ਲੱਗੀ ਵੈਸੇ ਤੁਹਾਨੂੰ? ਕਮੀ ਵੀਰੇ ਸਾਨੂੰ ਤਾਂ ਯਾਰ ਫਿਲਹਾਲ ਕੋਈ ਨਹੀਂ ਲੱਗੀ, ਟਰਾਲੀ ਟਰੂਲੀ ਤੇ ਪੂਰਾ ਹੋ ਰਿਹਾ ਠੀਕ ਆ, ਬੈਗ ਲਾਉਣ 'ਚ ਹੈਗੀ ਆ ਥੋੜੀ ਪ੍ਰੋਬਲਮ ਯਾਰ, ਇਹ ਮੰਨਦਾ ਤੇਰੀ ਗੱਲ, ਸਿੱਧਾ ਜਿੱਧਰ ਨੂੰ ਮਰਜ਼ੀ ਚੜਦਾ ਬੈਗ, ਜਿਵੇਂ ਕਿ ਬੈਗ ਨਹੀਂ ਯਾਰ ਚੜਦਾ, ਬੈਗ ਸਲਿੱਪ ਮਾਰੀ ਜਾਂਦਾ ਯਾਰ, ਜਿਵੇਂ ਲੋਚ ਲਾਉਨੇ ਆ, ਲੋਚ ਤੋਰਾ ਬੜਾ ਡਾਊਨ ਹੋ ਜਾਂਦਾ, ਹਾਂਜੀ ਹਾਈ 'ਚ ਮਰ ਜਾਂਦਾ। ਜੇ ਹੁਣ ਰੈਂਪ ਤੇ ਟਰਾਲੀ ਲਾਉਣੀ ਆ ਬੈਗ, ਮੰਨ ਲਓ ਆਪਾਂ ਰੈਂਪ ਤੇ ਚਾੜਦੇ ਆ ਟਰਾਲੀ, ਰੈਂਪ ਤੇ ਚਾੜ ਕੇ ਟਰਾਲੀ ਨਹੀਂ ਲਾਉਂਦਾ ਵੀ, ਇਹਦਾ ਇੱਟ ਵੀ ਨਹੀਂ ਬੈਗ ਚਾੜਦਾ ਮੈਂ ਵੀਰੇ, ਹੰਭ ਗਿਆ ਸੀ, ਇੱਟ ਵੀ ਨਹੀਂ ਬੈਗ ਨੂੰ, ਬਸ ਪ੍ਰੋਬਲਮ ਆ ਇਹਦੀ, ਬੈਗ ਨੂੰ ਥੋੜਾ ਸੁਧਾਰ ਹੋ ਜੇ, ਥੋੜਾ ਜਿਹਾ ਤੋਰਾ ਬੈਗ ਨੂੰ ਵੱਜੇ, 3 ਸਪੀਡ ਦਾ ਵੀ ਜਾਣੀ, ਇਹਦੇ ਨਾਲੋਂ ਨੋਰਮਲ ਮਾੜਾ ਜਿਹਾ ਵੱਧ ਵੇ ਤੋਰਾ, ਉਹਦੇ ਨਾਲ ਉਹਨੇ ਨਾਲ ਟਰੈਕਟਰ ਨੇ ਸਹੀ ਹੋ ਜਾਣਾ ਯਾਰ, ਹੁਣ ਵਧੀਆ ਹੈਗਾ। ਹਾਂ, ਜਿਵੇਂ ਹੁਣ ਟਰਾਲੀ ਤੇ ਚੱਲਦਾ, ਕੋਈ ਯਾਰ ਬਾਤ ਤਾਂ ਨਹੀਂ ਯਾਰ, ਖਰਚਾ ਘੱਟ ਆ ਵੀਰੇ, ਐਵੇਂ ਆਪਾਂ ਕਹਿ ਦਈਏ ਨਹੀਂ। ਚਲੋ ਆਪਾਂ ਕਹਿੰਦਾ ਤੁਹਾਨੂੰ ਇਹਦਾ ਮੰਨਦੇ ਸੀ ਗੱਲ, ਤੁਹਾਨੂੰ ਆਪਾਂ ਤੁਹਾਨੂੰ ਪਤਾ ਆਪਣਾ ਵਿਵਾਦ ਚੱਲ ਰਿਹਾ ਟਰੈਕਟਰ ਦਾ, ਇੱਕ ਨਾਲ ਚਲੋ ਵਿਵਾਦ ਵੀ ਨਹੀਂ ਕਹਿ ਸਕਦੇ ਨਾ, ਪ੍ਰੋਬਲਮ ਚੱਲ ਰਹੀ ਆ, ਉਹ ਟਰੈਕਟਰ ਵੀ ਬੈਕ ਨਹੀਂ ਲਾਉਂਦਾ ਟਰਾਲੀ ਨੂੰ। ਬੈਕ ਤਾਂ ਵੀਰੇ ਹੁਣ ਆਏ ਆ ਯਾਰ, ਬੈਕ ਤਾਂ ਵੀਰੇ ਖੁਸ਼ ਆਇਆ ਅਸੀਂ ਤਾਂ ਯਾਰ, ਹੁਣ ਸਾਰੇ ਆ ਵੀ ਲਾਉਂਦੇ ਨੇ, ਅਰਜਨ ਵੀ ਲਾਉਂਦੇ ਨੇ, ਪ੍ਰੀਤ ਵੀ ਲਾਉਂਦਾ ਵਾ, ਓਲਡ ਰੇਟਰ ਵੀ ਜੌਂਡੀਅਰ ਵੀ ਲਾਹੰਦਾ ਉੱਥੇ ਬੈਕ, ਪਰ ਇਹ ਨਹੀਂ ਲਾਉਂਦਾ ਬੈਕ, ਇਹ ਨਹੀਂ ਲਾਉਂਦਾ। ਹਾਂ, ਬੈਕ ਦੀ ਪ੍ਰੋਬਲਮ, 2 ਸਪੀਡ ਆ ਗਈ, 2 ਸਪੀਡ ਆ,
ਚੱਕਰ ਫੜ ਲੈਂਦਾ ਤੁਹਾਨੂੰ ਫਿਰ ਜਿੰਨੀ ਕੁ ਸਪੀਡ ਹੁੰਦੀ ਆ ਫਿਰ ਅਗਲੇ ਦੇ ਆਲੇ ਵਾਲੇ ਕੰਧਾਂ ਵੀ ਹੁੰਦੀਆਂ ਨੇ ਫਿਰ ਤਾਂ ਕੰਧਾਂ ਢਹਿ ਜਾਣਗੀਆਂ ਉਹੀ ਗੱਲ ਹੁਣ ਹਾਂ ਆਰਾਮ ਨਾਲ ਹੀ ਲਾਉਣੀ ਪੈਂਦੀ ਆ ਚੀਜ਼ ਤਾਂ ਬੈਗ ਦੇਖੋ ਨਾ चलो क्वालिटी हर एक चीज जिन्ने पैसे उन्ने दा तां हैगा पैसे पैसे भी देख भी रहे ना जिथे अपना साढ़े नौ नौ लाख रुपये प्रीत बाहर कद्दू सारे पास चलता अर्जन वधिया पर जिहड़ी चीज यह आ भी असीं चलाई आ चला के सानूं इहने दस्सिया वी मैं आह कुछ करदा आ कुछ इन्ने दा मैं हक्कदार आ सारा कुछ दस्सिया ने जिन्ने के पैसे लेकिन उदों दा वध हक्कदार आ वधदा उदों वधिया हुण ट्राली ते चलदा सारी जिहड़ी जिहड़े ते गेड़े लाउंदा जिथे हुण साडा अर्जन वी चलदा साढ़े अठ लख दा अर्जन वी चलदा उत्थे बराबर चलदा ਉਨੇ ਗੜੀ ਸਾਨੂੰ ਇਹ ਦੇ ਰਹੀ ਆ ਉਨੇ ਹੀ ਅਰਜਣ ਦੇ ਰਹੀ ਆ ਚਲੋ ਬਾਣਾ ਮੋਟਾ ਤੇ ਫਰਕ ਹੋਊਗਾ ਜਦੋਂ ਤੁਸੀਂ ਚਲਾਉਣੇ ਹੋਗੇ ਹਨਾ ਹਾਂ ਉਨੇ ਹੀ ਦੇ ਰਿਹਾ ਹਾਂਜੀ ਬਾਕੀ ਹੁਣ ਵਧੀਆ ਯਾਰ ਜੀ ਨੇ ਬਈ ਓਰੀਜਨਲ ਰੱਖਣਾ ਬਹੁਤ ਸੋਹਣਾ ਡਾਇਰੈਕਟਰ ਆਗਾ ਸਾਡੇ ਅੱਜ ਹੁਣ ਆਪਣੇ ਵੀਡੀਓ ਫਿਰ ਕਿੰਨੀ ਖਾਸ ਗਿਆ ਬਣ ਗਿਆ ਵੀਡੀਓ ਬਾਈ ਕੋਲ ਆਪਣੇ ਕੋਲ ਤੁਹਾਨੂੰ ਸਾਰੀ ਵੈਰਾਈਟੀ ਮਿਲ ਜੂਗੀ ਬਾਕੀ ਹੁਣ ਚੱਲਦਿਆਂ ਦੀ ਵੀਡੀਓ ਬਣਾਉਣੀ ਹੈ ਕਿਉਂਕਿ ਚੱਲਦਿਆਂ ਦੀ ਵੀਰੇ ਬਣਾ ਇਹਨਾਂ ਦੀ ਜੀ ਸੱਦ ਕੇ ਬਣਾ ਇਹਨੂੰ ਵੀ ਲਾ ਹਲਾਂ ਤੇ ਲਾ ਇਹਨੂੰ 15 ਤੇ ਸੈੱਟ ਇਹਨੂੰ ਥੋੜਾ ਮੌਸਮ ਜਿਹਾ ਦਾ ਬੈਟਰ ਤੇ ਸੈੱਟ ਇਹਨੂੰ ਜਿੱਥੇ ਮਰਜ਼ੀ ਸੈੱਟ ਨਾ ਹੀ ਨਹੀਂ ਕਰਦਾ ਯਾਰ ਕੂਲਰ ਭਾਜੀ ਵਾਲੇ ਆਪਣੇ ਕੋਲ ਟਰੈਕਟਰ ਨੇਗੇ ਮੌਡਿਕ ਕਰਾਏ ਮੈਂ ਭਾਜੀ ਬਾਈ ਉਹਨਾਂ ਦਾ ਆਇਆ ਤਾਂ ਮੈਂ ਨਾ ਮੋਡੀਫਿਕੇਸ਼ਨ ਵਾਲੇ ਵੀ ਵਾਸਤੇ ਸਪੈਸ਼ਲ ਤਾਂ ਮੋਡੀਫਿਕੇਸ਼ਨ ਉਧਰ ਚਲੋ ਮਿਲਦੇ ਤੇ ਮਿਲਦਾ ਗੱਲਾਂ ਹਨ ਚਲੋ ਜਿਹੜੀਆਂ ਆਪਾਂ ਨੂੰ ਕੰਮ ਦੀਆਂ ਭਾਜੀ ਚੈਨਲ ਤਾਂ ਬਣਾਇਆ ਕਿ ਤੁਹਾਨੂੰ ਕੋਈ ਨੌਲੇਜ ਮਿਲੇ ਕਿਸਾਨ ਨੂੰ ਹਾਂ ਵੀਰੇ ਨਹੀਂ ਯਾਰ ਐਵੇਂ ਆਪਾਂ ਨਿੰਦੀ ਜਾਈਏ ਟਰੈਕਟਰ ਨੂੰ ਮਾੜਾ ਨਹੀਂ ਹੈਗਾ ਬਹੁਤ ਵਧੀਆ ਟਰੈਕਟਰ ਕੋਈ ਗੱਲ ਨਹੀਂ ਸਾਰੇ ਯਾਰ ਵਧੀਆ ਨੇ ਆਪਦੀ ਜਗ੍ਹਾ ਠੀਕ ਹੈ ਕੋਈ ਨਹੀਂ ਮਾੜਾ ਆਪਾਂ ਕਿਸੇ ਜਿੰਨਾ ਕੰਪਨੀ ਦਾ ਬਜਟ ਉਹਨਾਂ ਕਾ ਕਿਸੇ ਨੂੰ ਨਹੀਂ ਕਹਿੰਦੇ ਆਪਾਂ ਜਾਨੀ ਰੇਟ ਦੇਖੋ ਸਹੀ ਹੈ ਰੇਟ ਦੇਖੋ ਕੰਮ ਦੇਖੋ ਹੁਣ ਆਪਾਂ ਜੇ ਇਹ ਗੱਲ ਸੁਣ ਵੀਰੇ ਮੰਨ ਲਓ ਉਹਦਾ 10 ਲੱਖ ਰੁਪਇਆ ਲਾਉਨੇ ਆਪਾਂ ਹਾਂਜੀ ਕੋਈ ਬੰਦਾ ਕਿਸੇ ਚ ਮੇਰੇ ਵੀਰ ਚ ਗੁਜਾਇਸ਼ ਹੈਗੀ ਹੈ ਕਿਸੇ ਚ ਨਹੀਂ ਹੈ ਕੋਈ ਨਹੀਂ ਲਾ ਸਕਦਾ ਲਾ ਠੀਕ ਹੈ ਕਿਸੇ ਚ ਹੈਗੀ ਹੈ ਕਿਸੇ ਕੋ ਬਥੇਰੇ ਨੇ ਕਿਸੇ ਕੋ ਹੈ ਹੀ ਹਾਂਜੀ ਸ਼ੌਂਕ ਹਰ ਇੱਕ ਬੰਦੇ ਦਾ ਹੁੰਦਾ ਸ਼ੌਂਕ ਤਾਂ ਹਰ ਇੱਕ ਨੂੰ ਹੁੰਦਾ ਪਹਿਲਾਂ ਠੀਕ ਹੈ ਸ਼ੌਂਕ ਹਰ ਇੱਕ ਦਾ ਹੁੰਦਾ ਉਹ ਜਾਨੀ ਆਪਾਂ ਇਹ ਗੱਲ ਕਹਿੰਦੇ ਆ ਮੇਰਾ ਵੀਰ ਜਿਵੇਂ ਹੈਗਾ ਉਹ ਮੈਂ ਕਹਿੰਦਾ ਹਾਂਜੀ ਉਹਦੀ ਪਰਮਾਤਮਾ ਦਾ ਸ਼ੁਕਰ ਕਰੋ ਵੀ ਇੱਕ ਟਾਈਮ ਦੋ ਟਾਈਮ ਨਹੀਂ ਮਿਲਦਾ ਹਾਂ ਤੇ ਮੈਂ ਚੱਲੀ ਜਾਓ ਜੇ ਕਿਸੇ ਦੀ ਮੇਰੇ ਵੀਰ ਦੀ ਇਹ ਬਜਟ ਵਾਲੀ ਇਹ ਲੈ ਲਓ ਜਿਹੜਾ ਉਹ ਆ ਉਹ ਲੈ ਲਓ ਸ਼ੌਂਕ ਆ ਜਿੰਨਾ ਕਹੇਗਾ ਉਹਨਾਂ ਕੋ ਬਈ ਆਈ ਜਾਓ ਉਹਨਾਂ ਕੋ ਸ਼ੌਂਕ ਆ ਜਾਨੀ ਯਾਰ ਕੰਮ ਦੇ ਕੰਮ ਲੈਣਾ ਮੈਂ ਨਹੀਂ ਕਹਿੰਦਾ ਮਾੜਾ ਹਾਂ ਕੰਮ ਨੂੰ ਤਾਂ ਚੰਗਾ ਯਾਰ ਮੈਂ ਤਾਂ ਬਈ ਤੇਰੀ ਗੱਲ ਮੈਂ ਤਾਂ ਮੂਰੇ ਦੇਖ ਡਬਲ ਹਿੱਸਾ ਆ ਗਿਆ ਉਹਦਾ ਹਿੱਸਾ ਵਾ 750 ਦੇ ਸਟੈਰ ਨੇ ਇਹਨੂੰ ਵੀ ਆਈ ਮੈਂ ਲੀਕਿੰਗ ਦੱਸ ਦੇਣੀ ਵੀਡੀਓ 'ਚ ਆਪਾਂ ਨੂੰ ਪੁੱਛਣਗੇ ਜ਼ਰੂਰ ਵੀਰੇ ਇਹ ਲੀਕਿੰਗ ਮੈਂ ਤੁਹਾਨੂੰ ਦੱਸਦਾ ਗੱਲ ਇਹ ਜਿਹੜੀ ਨਾ ਇਹ ਸੋਚ ਆ ਨਾ ਇਹਦੀ ਆਹ
मिल जूगी पा दांगे आपा मेरे हिसाब न सोना लीक आली भी पै जूगी इंजन का सेम ही होंगे मान लो प्रीत हो गया ये हो गया ਅਲਟਰਨੇਟਰ ਕਰਵਾਇਆ ਮਾੜਾ ਜਿਹਾ बजट बना चलो बहुत वधिया नॉलेज मिले मिलते हैं फिर अगे नेक्स्ट वीडियो गुड बाय वाहेगुरु जी का खालसा वाहेगुरु जी की।